ਪੰਜਾਬ ਦੇ ਵਿੱਚ ਮੁਫਤ ਬਿਜਲੀ ਸਹੂਲਤ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਆਈ ਸੱਤਾ ਦੇ ਵਿੱਚ ਆਈ ਤੇ ਇੱਕ ਦਾਵਾ ਕੀਤਾ ਗਿਆ ਸੀ ਮੈਨੀਫੈਸਟੋ ਚ ਸਭ ਤੋਂ ਪਹਿਲੀਆਂ ਸ਼ਰਤਾਂ ਜਾਂ ਪਹਿਲੀਆਂ ਗਰੰਟੀਆਂ ਪੂਰੀਆਂ ਕਰਨ ਦੇ ਵਿੱਚ ਜਿਹੜਾ ਦਾਵਾ ਕੀਤਾ ਗਿਆ ਉਹ ਸੀ ਮੁਫਤ ਬਿਜਲੀ ਸਹੂਲਤ ਦਾ ਮਾਨ ਸਰਕਾਰ ਨੇ ਥਾਂ-ਥਾਂ ਦੇ ਉੱਤੇ ਚੱਪੇ-ਚੱਪੇ ਦੇ ਉੱਤੇ ਇਸ਼ਤਿਆਰ ਬਾਜ਼ੀ ਵੀ ਕੀਤੀ ਔਰ ਬੋਰਡ ਲਗਾ ਦਿੱਤੇ ਕਿ ਘਰਾਂ ਦੀ ਬਿਜਲੀ ਤਕਰੀਬਨ 86% ਦੀ ਆ ਘਰੇਲੂ ਜਿਹੜੀ ਉਤਪਾਦ ਬਿਜਲੀ ਆ ਖਪਤ ਉਹ ਮੁਫਤ ਸਹੂਲਤ ਦਿੱਤੀ ਜਾ ਰਹੀ ਹੈ ਘਰਾਂ ਦੀ ਔਰ ਸਾਰੀ ਸਬਸਿਡੀ ਕਿੱਥੋਂ ਆਏਗੀ ਕਿਵੇਂ ਆਏਗੀ ਪੈਸਾ ਕਿੱਥੋਂ ਆਏਗਾ ਇਸ ਤਰ੍ਹਾਂ ਦੇ ਸਵਾਲ ਉੱਠ ਰਹੇ ਸਨ ਤੇ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਦੇਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਜਿਸ ਦੇ ਵਿੱਚ ਅਧਿਕਾਰੀ ਵੀ ਨਾਲ ਬੈਠੇ ਸਨ ਤੇ ਪੀਐਸਪੀਸੀਐਲ ਦੇ ਸੀਐਮਡੀ ਬਲਦੇਵ ਸਿੰਘ ਸਰਾਹ ਵੀ ਨਾਲ ਨਜ਼ਰ ਆਏ ਤਾਂ ਜਦੋਂ ਮੋਰ ਵੀ ਲਵਾਈ ਗਈ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸੀ ਪ੍ਰੈਸ ਨੂੰ ਪੱਤਰਕਾਰਾਂ ਨੂੰ ਦੱਸ ਰਹੇ ਸੀ ਜਾਣਕਾਰੀ ਦੇ ਰਹੇ ਸੀ ਅੰਕੜੇ ਪੇਸ਼ ਕਰ ਰਹੇ ਸੀ ਕਿ ਜਿਹੜੇ ਵਿਰੋਧੀ ਸਵਾਲ ਚੁੱਕਦੇ ਸੀ ਜਾਂ ਜਿਨ੍ਹਾਂ ਲੋਕਾਂ ਨੂੰ ਹੀ ਤਸੱਲੀ ਨਹੀਂ ਸੀ ਹੋਈ ਇਸ ਪ੍ਰੈਸ ਵਾਰਤਾ ਤੋਂ ਬਾਅਦ ਸਾਰਿਆਂ ਨੂੰ ਤਸੱਲੀ ਹੋ ਜਾਵੇਗੀ ਜਵਾਬ ਮਿਲ ਜਾਵੇਗਾ ਕਿ ਪੈਸਾ ਅਸੀਂ ਲਿਆ ਕਿੱਥੋਂ ਰਹੇ ਆਂ ਔਰ ਕਿਵੇਂ ਮੈਨੇਜ ਕਰ ਰਹੇ ਆਂ ਔਰ ਦਿੱਤੀ ਜਾ ਰਹੀ ਸਬਸਿਡੀ ਔਰ ਸਾਰੇ ਕਲੀਅਰ ਨੇ ਜਿਹੜੇ ਬਕਾਇਆ ਕਰਦੇ ਆਂਗੇ ਇਸ ਗੱਲ ਦੀ ਮੋਹਰ ਵੀ ਆ ਜਿਹੜੀ ਉਹ ਸੀਐਮਡੀ ਬਲਦੇਵ ਸਿੰਘ ਸਰਾਹ ਹੋਰਾਂ ਤੋਂ ਪ੍ਰੈਸ ਕਾਨਫਰੰਸ ਦੇ ਵਿੱਚ ਹੀ ਲਵਾ ਦਿੱਤੀ ਗਈ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਔਰ ਉਮੀਦ ਵੀ ਜਿਤਾਈ ਗਈ ਬਲਦੇਵ ਸਿੰਘ ਸਰਾਹ ਦੇ ਵੱਲੋਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਿੱਚ ਵੀ ਸਾਨੂੰ ਉਮੀਦ ਹੈ ਕਿ ਸਰਕਾਰ ਲਗਾਤਾਰ ਸਬਸਿਡੀ ਜਾਂ ਜਿਹੜੇ ਬਕਾਇਆ ਰਾਸ਼ੀ ਐ ਉਸ ਨੂੰ ਕਲੀਅਰ ਕਰਦੀ ਰਹੇਗੀ ਵੱਖ-ਵੱਖ ਅਖਸ਼ਰਤਾਂ ਦੇ ਤਹਿਤ ਜਿਹੜੀਆਂ ਕਿਸ਼ਤਾਂ ਦੇ ਵਿੱਚ ਰਾਸ਼ੀ ਦੇਣ ਵਾਲੀਆਂ ਨੇ ਸਰਕਾਰ ਨੇ ਉਹ ਵੀ ਦੇਣ ਦਾ ਵਾਅਦਾ ਕੀਤਾ ਤੇ ਨਾਲ ਹੀ ਜਿਹੜਾ ਅੰਕੜਾ ਪੇਸ਼ ਕੀਤਾ ਗਿਆ ਹੁਣ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਮੁਫਤ ਬਿਜਲੀ ਸਹੂਲਤ ਕਿਉਂਕਿ ਚਾਹੇ ਨਵਜੋਤ ਸਿੰਘ ਸਿੱਧੂ ਨੇ ਜੇਲ੍ਹ ਚੋਂ ਬਾਹਰ ਆਉਂਦੇ ਸਾਰ ਜਦੋਂ ਮਾਨ ਸਰਕਾਰ ਨੂੰ ਘੇਰਿਆ ਤੇ ਕਹਿ ਦਿੱਤਾ ਫਿਰ ਮੁਫਤ ਬਿਜਲੀ ਸਹੂਲਤ ਦੀ ਜਿਹੜੀ ਗੱਲ ਕਹੀ ਜਾ ਰਹੀ ਹੈ 25000 ਕਰੋੜ ਰੁਪਏ ਦਾ ਤਾਂ ਕਰਜ਼ਾ ਲਿਆ ਗਿਆ ਸਹੀ ਗੱਲ ਕਿਉਂ ਨਹੀਂ ਦੱਸਦੇ ਇਹ ਸਵਾਲ ਵੀ ਆਇਆ ਇਸ ਤੋਂ ਪਹਿਲਾਂ ਜਿਹੜੇ ਵਿਰੋਧੀ ਧਿਰ ਦੇ ਆਗੂ ਸੀ ਉਹ ਵੀ ਸਵਾਲ ਕਰਦੇ ਰਹੇ ਕਿ ਜਿਹੜਾ ਕਰਜ਼ਾ ਚੁੱਕ ਰਹੇ ਹੋ ਚਾਹੇ ਉਹ ਸੁਖਪਾਲ ਸਿੰਘ ਖਹਿਰਾ ਸੀ ਜਾਂ ਐਲਓਪੀ ਪ੍ਰਤਾਪ ਸਿੰਘ ਬਾਜਵਾ ਅਮਰਿੰਦਰ ਸਿੰਘ ਰਾਜਾ ਵੜਿੰਗ ਇੱਥੋਂ ਤੱਕ ਕਿ ਕਾਂਗਰਸ ਦੇ ਜਿੰਨੇ ਲੀਡਰਸ਼ਿਪ ਸੀ ਉਹ ਸਾਰੇ ਇਸੇ ਗੱਲ 'ਤੇ ਘੇਰਦੇ ਰਹੇ ਕਿ ਮੁਫਤ ਬਿਜਲੀ ਸਹੂਲਤਾਂ ਪ੍ਰਚਾਰਤਾ ਕੀਤਾ ਜਾ ਰਿਹਾ ਹੈ ਪਰ ਪੈਸਾ ਕਿੱਥੋਂ ਆ ਰਿਹਾ ਇਸ ਬਾਰੇ ਸਰਕਾਰ ਕਿਉਂ ਨਹੀਂ ਦੱਸਦੀ ਤੇ ਉਸੇ ਗੱਲ ਦਾ ਜਵਾਬ ਦੇਣ ਦੀ ਸ਼ਾਇਦ ਮੁੱਖ ਮੰਤਰੀ ਭਗਵੰਤ ਮਾਨ ਨੇ ਕੋਸ਼ਿਸ਼ ਕੀਤੀ ਹੋਵੇਗੀ ਇਸ ਪ੍ਰੈਸ ਕਾਨਫਰੈਂਸ ਤਾਂ ਆਓ ਜਿਹੜੀ ਗੱਲ ਦਾ ਜ਼ਿਕਰ ਕੀਤਾ ਗਿਆ ਖਾਸ ਕਰਕੇ ਵੈਸੇ ਤੇ ਹੋਰ ਮੁੱਦਿਆਂ ਦੇ ਉੱਤੇ ਵੀ ਕਿਹਾ ਗਿਆ ਕਿ ਅਸੀਂ ਜਿਹੜੀਆਂ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਹੈ ਸਾਨੂੰ ਪਤਾ ਹੈ ਕਿ ਪੈਸੇ ਕਿੱਥੋਂ ਲਿਆਉਣੇ ਨੇ ਕਿਵੇਂ ਮੈਨੇਜ ਕਰਨਾ ਹੈ ਔਰ ਅਸੀਂ ਕਰ ਵੀ ਰਹੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੈਂਸ ਜਿਹੜਾ ਦਾਅਵਾ ਕੀਤਾ ਉਸ ਤੋਂ ਕਲੀਅਰ ਕੀ ਹੋਵੇਗਾ ਤੁਸੀਂ ਖੁਦ ਜਾਣਕਾਰੀ ਹਾਸਲ ਕਰਕੇ ਅੰਦਾਜ਼ਾ ਲਗਾ ਸਕਦੇ ਹੋ ਸਕਦਾ ਬਹੁਤ ਸਾਰਿਆਂ ਨੇ ਪ੍ਰੈਸ ਕਾਨਫਰੈਂਸੇ ਦੇ ਤੌਰ ਤੇ ਦੇਖ ਲਈ ਹੋਵੇ ਔਰ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਪ੍ਰੈਸ ਕਾਨਫਰੈਂਸ ਦੇ ਕੋ ਜਿਹੜੇ ਅਹਿਮ ਤੱਥ ਨੇ ਖਾਸ ਕਰਕੇ ਪੀਐਸਪੀਸੀਐਲ ਦੇ ਜੁੜੇ ਬਕਾਇਆ ਨਾਲ ਔਰ ਮੁਫਤ ਬਿਜਲੀ ਸਹੂਲਤ ਨਾਲ ਉਹ ਤੁਹਾਡੇ ਨਾਲ ਸਾਂਝਾ ਕੀਤਾ ਜਾਵੇ ਉਥੋਂ ਅੰਦਾਜ਼ਾ ਤੁਸੀਂ ਖੁਦ ਲਗਾ ਲਿਓ ਕਿ ਮੁਫਤ ਬਿਜਲੀ ਸਹੂਲਤ ਚਲਦੀ ਰਹੇਗੀ ਚਾਲੂ ਰਹੇਗੀ ਜਾਰੀ ਰਹੇਗੀ ਜਾਂ ਫਿਰ ਬੰਦ ਕਰਨ ਦੀ ਵੀ ਨੌਬਤ ਆ ਸਕਦੀ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ 20200 ਕਰੋੜ ਰੁਪਏ ਦਾ PSPCL ਦਾ ਬਕਾਇਆ ਰਾਸ਼ੀ ਸੀ ਉਹ ਸਾਰੀ ਦੀ ਸਾਰੀ ਕਲੀਅਰ ਕਰ ਦਿੱਤੀ ਗਈ ਹੈ ਇਹ ਗੱਲ ਦਾ ਦਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਸਾਹਮਣੇ ਆ ਕੇ ਕੀਤਾ ਹੈ ਔਰ ਅੰਕੜਿਆਂ ਦੇ ਨਾਲ ਦੱਸਿਆ ਕਿ ਜਿਹੜੀ ਸਬਸਿਡੀ ਦੀ ਰਾਸ਼ੀ ਸੀ ਬਕਾਇਆ ਰਾਸ਼ੀ ਸੀ 20200 ਕਰੋੜ ਰੁਪਈਆ ਬਣਦੀ ਸੀ ਉਹ ਸਾਰੀ ਕਲੀਅਰ ਕਰ ਦਿੱਤੀ ਹੈ ਜਿਸ ਦੇ ਵਿੱਚ ਖੇਤੀ ਦਾ ਵੀ ਜ਼ਿਕਰ ਕੀਤਾ ਗਿਆ ਕਿ 906 ਕਰੋੜ 79 ਲੱਖ ਦੇ ਕਰੀਬ ਜਿਹੜਾ ਅਬ ਕਾਇਰ ਖੇਤੀ ਦੀ ਸਬਸਿਡੀ ਸੀ ਉਹ ਵੀ ਕਲੀਅਰ ਕੀਤੀ ਗਈ ਘਰਾਂ ਦੀ ਜਿਹੜੀ ਘਰੇਲੂ ਹੈ 82 185 ਕਰੋੜ ਰੁਪਇਆ ਜਿਹੜਾ ਬਣਦਾ ਹੈ ਤਕਰੀਬਨ ਤਕਰੀਬਨ 83 ਕਰੋੜ ਰੁਪਇਆ ਜੇ ਅਸੀਂ ਇਸ ਨੂੰ ਕਹਿ ਸਕਦੇ ਹਾਂ ਉਹ ਵੀ ਹੈ ਜਿਹੜਾ ਉਹ ਕਲੀਅਰ ਕਰ ਦਿੱਤਾ ਗਿਆ ਔਰ ਇੰਡਸਟਰੀ ਦੀ ਹੈ ਜਿਹੜੀ ਉਹ 2911 ਕਰੋੜ ਰੁਪਇਆ ਜਿਹੜਾ ਉਹ ਵੀ ਕਲੀਅਰ ਕਰ ਦਿੱਤਾ ਗਿਆ ਕੁੱਲ ਮਿਲਾ ਕੇ ਜਿਹੜੀ 20200 ਕਰੋੜ ਰੁਪਏ ਦਾ ਜਿਹੜਾ ਸਾਲ 2200 ਅ 2022 ਦਾ ਜਿਹੜਾ ਬਕਾਇਆ ਰਾਸ਼ੀ ਬਣਦੀ ਸੀ ਉਹ ਕਲੀਅਰ ਕਰ ਦਿੱਤੀ ਗਈ ਹੈ ਤੇ ਵੀ ਗੱਲ ਦਾ ਦਾਵਾ ਕੀਤਾ ਗਿਆ ਕਿ ਇੱਕ ਵੀ ਰੁਪਈਆ ਜਿਹੜਾ ਬਾਕੀ ਨਹੀਂ بچਿਆ ਸਾਰਾ ਕਲੀਅਰ ਕਰ ਦਿੱਤਾ ਗਿਆ ਔਰ ਪੀਐਸਪੀਸੀਐਲ ਦੇ ਜਿਹੜੇ ਸੀਐਮਡੀ ਨੇ ਬਲਦੇਵ ਸਿੰਘ ਸਰਾਮ ਨੇ ਦਾਵਾ ਕੀਤਾ ਕਿ ਅਸੀਂ ਝੋਨੇ ਦੀ ਤਿਆਰੀ ਹੈ ਜਿਹੜੀ ਅੱਗੇ ਫਸਲ ਦੀ ਜਿਹੜੀ ਹੈ ਝੋਨੇ ਦੀ ਲਵਾਈ ਹੋਣੀ ਹੈ ਉਸ ਨੂੰ ਲੈ ਕੇ ਨਿਰਵਗਣ ਬਿਜਲੀ ਦੇਾਂਗੇ ਇਹ ਨਹੀਂ ਹੋਏਗਾ ਕਿ ਕਟਾਂ ਤੋਂ ਪ੍ਰੇਸ਼ਾਨ ਹੋ ਜਾਣਗੇ ਕਿਸਾਨ ਇਸ ਗੱਲ ਦਾ ਵੀ ਦਾਵਾ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਅਸੀਂ ਪੂਰੀ ਤਿਆਰੀ ਕਰ ਲਈ ਹੈ ਔਰ ਇੱਕ ਅੰਕੜੇ ਦਾ ਹੋਰ ਜ਼ਿਕਰ ਕੀਤਾ ਉਹਨਾਂ ਨੇ ਕਿ 9500 ਮੈਗਾਵਾਟ ਦੀ ਜਿਹੜੀ ਬਿਜਲੀ ਦੀ ਖਰੀਦ ਹੈ ਉਹ ਜਿਹੜੀ ਸਪਲਾਈ ਹੋਏਗੀ ਅੰਦਰ ਬਾਹਰੋਂ ਬਾਹਰਲੇ ਸੂਬਿਆਂ ਤੋਂ ਖਰੀਦਣੀ ਹੈ ਉਸ ਦੀ ਜਿਹੜੀ ਸਪਲਾਈ ਹੈ ਉਸォਕੇ ਢੰਗ ਦੇ ਨਾਲ ਕਿਵੇਂ ਪੰਜਾਬ ਵਿੱਚ ਚਾਉਣੀ ਹੈ ਉਸ ਬਾਰੇ ਵੀ ਜ਼ਿਕਰ ਕੀਤਾ ਗਿਆ ਔਰ ਨਾਲ ਕਿਹਾ ਕਿ ਪੰਜਾਬ ਦੇ ਵਿੱਚ ਸੂਬੇ ਦੇ ਅੰਦਰ ਹੀ ਤਕਰੀਬਨ 6500 ਮੈਗਾਵਾਟ ਬਿਜਲੀ ਹੈ ਜਿਹੜੀ ਉਹ ਤਿਆਰ ਕੀਤੀ ਜਾ ਰਹੀ ਹੈ ਤਾਂ ਉਸ ਨੂੰ ਪੰਜਾਬ ਦੇ ਵਿੱਚ ਵਰਤਣ ਦੇ ਲਈ ਇਸੇ ਤਰ੍ਹਾਂ 9500 ਮੈਗਾਵਾਟ ਬਾਹਰੋਂ ਤੇ 6500 ਮੈਗਾਵਾਟ ਪੰਜਾਬ ਦੇ ਅੰਦਰ ਕੁੱਲ ਮਿਲਾ ਕੇ 15000 ਮੈਗਾਵਾਟ ਦੀ ਤਿਆਰੀ ਕਰ ਲਈ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਬਿਜਲੀ ਦੀ ਖਪਤ ਗਰਮੀ ਵਿੱਚ ਵੱਧ ਤੋਂ ਵੱਧ 15000 ਮੈਗਾਵਾਟ ਤੱਕ ਵੀ ਜੇਕਰ ਪਹੁੰਚਦੀ ਹੈ ਵੈਸੇ ਕਈ ਵਾਰ ਅਜੇ ਸੀਜ਼ਨ ਹੁੰਦੇ ਨੇ ਮੌਸਮ ਦੇ ਹਿਸਾਬ ਦੇ ਨਾਲ 13000 ਮੈਗਾਵਾਟ ਦੀ ਵੀ ਖਪਤ ਤੱਕ ਪਹੁੰਚ ਜਾਂਦੀ ਹੈ ਪੰਜਾਬ ਦੇ ਵਿੱਚ ਬਿਜਲੀ ਜਿਹੜੀ ਗਰਮੀ ਦੇ ਦਿਨਾਂ ਦੇ ਵਿੱਚ 14000 ਮੈਗਾਵਾਟ ਤੱਕ ਵੀ ਖਪਤ ਕਈ ਵਾਰ ਹੋ ਜਾਂਦੀ ਹੈ ਪਰ PSPCL ਦੇ ਜਿਹੜੇ MCD ਨੇ ਉਹਨਾਂ ਨੇ ਦਾਅਵਾ ਕਰ ਦਿੱਤਾ ਹੈ ਕਿ ਸਾਡੇ ਕੋਲ 15000 ਮੈਗਾਵਾਟ ਦਾ ਪ੍ਰਬੰਧ ਹੋ ਚੁੱਕਾ ਹੈ ਤਿਆਰੀ ਪੂਰੀ ਹੈ ਚਾਹੇ ਖੇਤੀ ਮੋਟਰਾਂ ਦੇ ਲਈ ਬਿਜਲੀ ਦੇਣੀ ਹੋਵੇ ਜਾਂ ਘਰਾਂ ਦੇ ਵਿੱਚ ਦੇਣੀ ਹੋਵੇ ਬਿਜਲੀ ਜਾਂ ਫਿਰ ਇੰਡਸਟਰੀ ਦੇ ਵਿੱਚ ਪਹਿਲਾਂ ਜਿਵੇਂ ਹੁੰਦਾ ਸੀ ਕਿ ਇੰਡਸਟਰੀ 2 ਦਿਨ ਬੰਦ ਰੱਖਣੀ ਹੈ 2 ਦਿਨ ਚਾਲੂ ਰਹੇਗੀ ਇਸ ਤਰ੍ਹਾਂ ਦੀ ਨੌਬਤ ਨਹੀਂ ਆਉਣ ਦਿੱਤੀ ਜਾਵੇਗੀ ਇਹਨਾਂ ਗੱਲਾਂ ਦਾ ਜ਼ਿਕਰ ਹੈ ਜਿਹੜਾ ਉਹ ਮੁੱਖ ਮੰਤਰੀ ਭਗਵੰਤ ਮਾਨ ਤੇ ਸਰਕਾਰੀ ਅਧਿਕਾਰੀਆਂ ਨੇ ਕਰ ਦਿੱਤਾ ਹੈ ਦੇਖਦੇ ਹਾਂ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਸ ਬਾਰੇ ਵਿਰੋਧੀ ਜਿਹੜੇ ਲਗਾਤਾਰ ਸਵਾਲ ਚੁੱਕ ਰਹੇ ਸਨ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਾਵਾ ਤਾਂ ਕਰ ਦਿੱਤਾ ਥਾਂ-ਥਾਂ ਮੁਫਤ ਬਿਜਲੀ ਦੇ ਬੋਰਡ ਵੀ ਲਗਾ ਦਿੱਤੇ ਨੇ ਔਰ ਮੁਫਤ ਬਿਜਲੀ ਘਰਾਂ ਦੀ ਕਰ ਵੀ ਦਿੱਤੀ ਹੈ 86% ਦੀ ਘਰਾਂ ਦੀ ਤਾਂ ਫਿਰ ਉਹ ਪੈਸੇ ਕਿੱਥੋਂ ਆਉਣਗੇ ਕਰਜ਼ਾ ਚੁੱਕਿਆ ਜਾਏਗਾ ਪੰਜਾਬ ਤਾਂ ਪਹਿਲਾਂ ਹੀ ਕਰਜ਼ੇ ਚ ਡੁੱਬਿਆ ਹੋਇਆ ਹੈ ਤਾਂ ਇਹਨਾਂ ਨੇ ਕਿਵੇਂ ਮੈਨੇਜ ਕੀਤਾ ਕਿਵੇਂ ਨਹੀਂ ਕੀਤਾ ਔਰ ਖਾਸ ਕਰਕੇ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਉਹਨਾਂ ਸਾਰੇ ਵਿਰੋਧੀਆਂ ਨੂੰ ਸਾਡਾ ਇਹ ਜਵਾਬ ਹੈ ਕਿ 20200 ਕਰੋੜ ਰੁਪਏ ਦੀ ਜਿਹੜੀ ਬਕਾਇਆ ਰਾਸ਼ੀ ਪਈ ਸੀ ਸਾਰੀ ਦੀ ਸਾਰੀ ਇਸ ਸਾਲ ਦੀ ਕਲੀਅਰ ਅਸੀਂ ਕਰ ਦਿੱਤੀ ਹੈ ਇੱਕ ਵੀ ਦੇਣਦਾਰ ਪੈਸੇ ਦੀ ਪੰਜਾਬ ਸਰਕਾਰ ਨਹੀਂ ਹੈ ਔਰ ਜਿਹੜੇ ਪਹਿਲਾਂ ਰਾਸ਼ੀ ਲਈ ਗਈ ਸੀ ਉਹਨਾਂ ਨੂੰ ਕਿਸ਼ਤਾਂ ਦੇ ਰੂਪ ਵਿੱਚ ਜਿਵੇਂ ਜਾਰੀ ਕੀਤੀ ਗਈ ਰਕਮ ਹੈ ਉਹ ਵੀ ਅਸੀਂ ਲਗਾਤਾਰ ਕਰਦੇ ਰਵਾਂਗੇ ਇਸ ਗੱਲ ਦਾ ਦਾਵਾ ਕੀਤਾ ਗਿਆ ਹੈ ਤਾਂ ਹੁਣ ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮੁਫਤ ਬਿਜਲੀ ਸਹੂਲਤ ਬੰਦ ਕਰਨ ਦੀ ਨੌਬਤ ਦੇ ਵਿੱਚ ਪੰਜਾਬ ਸਰਕਾਰ ਘੱਟੋ ਘੱਟ ਨਹੀਂ ਹੈ ਇਸ ਗੱਲ ਦਾ ਅੱਜ ਦਾਵਾ ਕਰ ਦਿੱਤਾ ਗਿਆ ਕਲੀਅਰ ਕਰ ਦਿੱਤੀ ਗਿਆ ਕਿ ਮੁਫਤ ਬਿਜਲੀ ਸਹੂਲਤਾਂ ਜਿਹੜੀ ਘਰਾਂ ਦੀ ਉਹ ਲਗਾਤਾਰ ਜਾਰੀ ਰਹੇਗੀ ਹਾਲਾਂਕਿ ਇਸਤੇ ਜਿਹੜੀਆਂ ਵਿਰੋਧੀ ਸਿਆਸੀ ਪਾਰਟੀਆਂ ਲਗਾਤਾਰ ਸਵਾਲ ਚੁੱਕਦੀਆਂ ਰਹੀਆਂ ਕਿ ਜਿਹੜੇ ਫਿਰ ਕਰਜ਼ੇ ਚੁੱਕੇ ਜਾ ਰਹੇ ਨੇ ਉਸ ਦਾ ਆਧਾਰ ਕੀ ਹੈ ਕਰਜ਼ਾ ਚੁੱਕ ਕੇ ਮੁਫਤ ਬਿਜਲੀ ਸਹੂਲਤ ਦੇਣਾ ਕੋ ਸਿਆਣਾਪ ਵਾਲੀ ਗੱਲ ਨਹੀਂ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਤੇ ਪੀਐਸਪੀਸੀਲ ਦੇ ਜਿਹੜੇ सीएमडी ਨੇ ਉਹਨਾਂ ਨੇ ਸਾਹਮਣੇ ਆ ਕੇ ਇਹਨਾਂ ਗੱਲਾਂ ਦਾ ਜਵਾਬ ਦਿੱਤਾ ਕਿ ਸਾਡੇ ਕੋਲ ਕਿਹੜੇ ਕਿਹੜੇ ਬਕਾਏ ਆ ਜਿਹੜੇ ਕਲੀਅਰ ਕਰ ਦਿੱਤੇ ਗਏ ਨੇ ਤੇ ਮੁਫਤ ਬਿਜਲੀ ਸਹੂਲਤ ਹੋਵੇ ਜਾਂ ਫਿਰ ਇੰਡਸਟਰੀ ਦੀ ਸਹੂਲਤ ਹੋਵੇ ਬਿਜਲੀ ਦੀ ਜਾਂ ਖੇਤੀ ਮੋਟਰਾਂ ਨੂੰ ਮੁਹੱਈਆ ਕਰਵਾਉਣ ਦੀ ਗੱਲ ਹੋਵੇ ਕਿਸਾਨਾਂ ਨੂੰ ਤਾਂ ਅੱਗੇ ਝੋਨੇ ਦਾ ਸੀਜ਼ਨ ਆ ਰਿਹਾ ਹੈ ਤਾਂ ਉਹਨਾਂ ਦੇ ਲਈ ਪੂਰੀ ਤਿਆਰੀ ਖਿੱਚ ਲਈ ਗਈ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਨੌਬਤ ਨਹੀਂ ਆਵੇਗੀ ਕਿ ਮੁਫਤ ਬਿਜਲੀ ਸਹੂਲਤ ਬੰਦ ਕਰਨੀ ਪਵੇ ਤੁਸੀਂ ਇਹ ਸਾਰੇ ਮਸਲੇ ਬਾਰੇ ਔਰ ਮੁੱਖ ਮੰਤਰੀ ਦੇ ਜਿਹੜੇ ਕੀਤੇ ਗਏ ਦਾਅਵੇ ਨੇ ਪੀਐਸਪੀਸੀਐਲ ਦੇ ਜਿਹੜੇ ਕੀਤੇ ਗਏ ਦਾਅਵੇ ਨੇ ਇਹਨਾਂ ਨਾਲ ਸਹਿਮਤ ਹਾਂ ਜਾਂ ਕੀ ਵਿਚਾਰ ਨੇ ਤੁਹਾਡੇ ਆਪਣੀ رائے ਵੀ ਸਾਂਝੀ ਕਰ ਸਕਦੇ ਹੋ ਫਿਲਹਾਲ ਇਸ ਖਬਰ ਵਿੱਚ ਇਨਾ ਹੀ ਤੁਸੀਂ ਬਣੇ ਨੂੰ ਲਗਾਤਾਰ ABC ਪੰਜਾਬ ਦੇ ਨਾਲ